ਹੁਣ ਬੇਟਾ ਆਪਾਂ 9ਵੀਂ ਕਲਾਸ ਦਾ ਅਧਿਆਇ 6 ਦੀ ਅਭਿਆਸ 6.3 ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਵਿੱਚ ਪਹਿਲਾ ਸਵਾਲ ਜਿਹੜਾ ਬਹੁਤ ਹੀ ਸੌਖਾ ਹੈ, ਧਿਆਨ ਨਾਲ ਦੇਖਣਾ ਹੈ। ਕਹਿੰਦੇ ਚਿੱਤਰ ਵਿੱਚ ਪੀ ਕਿਊ ਆਰ, ਆ ਚਿੱਤਰ ਤੁਹਾਡੇ ਕੋਲ ਸਾਹਮਣੇ ਹੈ। ਪੀ ਕਿਊ ਆਰ ਇੱਕ ਤ੍ਰਿਭੁਜ ਹੈ ਜਿਸ ਦਾ ਬਾਹਰੀ ਕੋਣ ਐਸ ਪੀ ਆਰ ਸਾਨੂੰ 135 ਅਤੇ ਆਹ ਵਾਲਾ ਬਾਹਰੀ ਕੋਣ 110 ਦਿੱਤਾ ਹੋਇਆ ਹੈ, ਅਤੇ ਅਸੀਂ ਪੀ ਆਰ ਕਿਊ ਇਸ ਕੋਣ ਨੂੰ ਪਤਾ ਕਰਨਾ ਹੈ। ਜਿਸ ਕੋਣ ਨੂੰ ਅਸੀਂ ਪਤਾ ਕਰਨਾ ਹੈ ਉਸ ਕੋਣ ਨੂੰ ਆਪਾਂ ਐਕਸ ਮੰਨ ਲਿਆ ਹੈ। ਹੁਣ ਧਿਆਨ ਨਾਲ ਦੇਖਣਾ ਤੁਸੀਂ, 135 ਦੇ ਨਾਲ ਇਸ ਕੋਣ ਨੂੰ ਅਸੀਂ ਵਾਈ ਨਾਮ ਦੇ ਦਿੰਦੇ ਹਾਂ ਅਤੇ ਇਸ ਕੋਣ ਨੂੰ ਜ਼ੈੱਡ ਨਾਮ ਦੇ ਦਿੰਦੇ ਹਾਂ, ਠੀਕ ਹੈ। ਹੁਣ ਆਹ ਦੇਖੋ ਇੱਕ ਸਿੱਧੀ ਲਾਈਨ ਹੈ, ਅਤੇ ਇਸ ਸਿੱਧੀ ਲਾਈਨ ਦੀ ਮਦਦ ਨਾਲ ਅਸੀਂ ਜ਼ੈੱਡ ਅਤੇ 110 ਦਾ ਜੋੜ 180 ਰੱਖਾਂਗੇ ਅਤੇ ਜ਼ੈੱਡ ਨਿਕਲ ਜਾਏਗਾ। ਇਸ ਸਿੱਧੀ ਲਾਈਨ ਦੀ ਮਦਦ ਨਾਲ ਅਸੀਂ ਵਾਈ ਕੱਢ ਸਕਦੇ ਹਾਂ। ਧਿਆਨ ਨਾਲ ਦੇਖਣਾ ਤੁਸੀਂ ਕੀ ਲਿਖਾਂਗੇ ਆਪਾਂ। ਸਭ ਤੋਂ ਪਹਿਲਾਂ ਮੈਂ ਦਿੱਤਾ ਹੈ ਅਤੇ ਪਤਾ ਕਰਨਾ ਹੈ, ਜਿਹੜਾ ਹਮੇਸ਼ਾ ਲਿਖਣਾ ਹੁੰਦਾ ਉਹ ਲਿਖ ਲੁੱਕਾ ਹਾਂ। ਹੱਲ ਦੇ ਵਿੱਚ ਅਸੀਂ ਕੀ ਕੰਮ ਕਰਨ ਜਾ ਰਹੇ, ਧਿਆਨ ਨਾਲ ਦੇਖਿਓ। ਜ਼ੈੱਡ ਜਮ੍ਹਾਂ 110 ਕਿਹਦੇ ਬਰਾਬਰ ਹੋਏਗਾ, 180 ਦੇ ਕਾਰਨ ਕੀ ਹੈ, ਰੇਖੀ ਜੋੜਾ, ਇੰਗਲਿਸ਼ ਦੇ ਵਿੱਚ ਲੀਨੀਅਰ ਪੇਅਰ, ਠੀਕ ਹੈ। ਹੁਣ ਜ਼ੈੱਡ ਕਿੰਨਾ ਆ ਗਿਆ ਆਪਣਾ, 180 ਮਾਈਨਸ 110, ਜ਼ੈੱਡ ਦਾ ਮੁੱਲ ਆ ਗਿਆ 70 ਡਿਗਰੀ। ਲੱਗੀ ਸਮਝ? ਇਸੇ ਤਰ੍ਹਾਂ ਆਪਾਂ ਵਾਈ ਅਤੇ 135 ਦਾ ਜੋੜ ਕਿਹਦੇ ਬਰਾਬਰ ਰੱਖਾਂਗੇ, ਵਾਈ ਅਤੇ 135 ਦਾ ਜੋੜ ਵੀ ਕਿਹਦੇ ਬਰਾਬਰ ਹੋਏਗਾ, 180 ਦੇ, ਜਿਸ ਨੂੰ ਕਾਰਨ ਕੀ ਹੈ, ਰੇਖੀ ਜੋੜਾ, ਜਾਂ ਇੰਗਲਿਸ਼ ਵਿੱਚ ਕਹਿ ਸਕਦੇ ਹੋ ਲੀਨੀਅਰ ਪੇਅਰ। ਅਤੇ ਹੁਣ ਵਾਈ ਦਾ ਮੁੱਲ ਪਤਾ ਕਰਨ ਲਈ ਅਸੀਂ 180 ਦੇ ਵਿੱਚੋਂ ਕਿਹਨੂੰ ਘਟਾਵਾਂਗੇ, 135 ਨੂੰ, ਅਤੇ ਵਾਈ ਕਿੰਨਾ ਆ ਗਿਆ ਸਾਡੇ ਕੋਲ 45 ਡਿਗਰੀ। ਅਤੇ ਇਸ ਤਰ੍ਹਾਂ ਅਸੀਂ ਵਾਈ ਦਾ ਮੁੱਲ ਵੀ ਪਤਾ ਕਰ ਚੁੱਕੇ ਹਾਂ ਅਤੇ ਜ਼ੈੱਡ ਦਾ ਮੁੱਲ ਵੀ ਪਤਾ ਕਰ ਚੁੱਕੇ ਹਾਂ। ਹੁਣ ਵਾਈ ਵੀ ਮਿਲ ਗਿਆ ਹੈ, ਜ਼ੈੱਡ ਵੀ ਮਿਲ ਗਿਆ ਹੈ, ਅਤੇ ਐਕਸ ਰਹਿ ਗਿਆ, ਜੋ ਕਿ ਤ੍ਰਿਭੁਜ ਦੇ 3 ਕੋਣ। ਤੁਹਾਨੂੰ ਮੈਂ ਸਮਝਾਇਆ, ਜਦੋਂ ਵੀ ਤ੍ਰਿਭੁਜ ਦੇ 3 ਕੋਣਾਂ ਦੇ ਵਿੱਚੋਂ 2 ਕੋਣ ਪਤਾ ਲੱਗ ਜਾਣ ਤਾਂ ਤੀਜਾ ਕੋਣ ਅਸੀਂ ਬੜੇ ਹੀ ਆਸਾਨੀ ਤਰੀਕੇ ਨਾਲ ਕੱਢਦੇ ਹਾਂ, ਤਿੰਨਾਂ ਦਾ ਜੋੜ 180 ਦੇ ਬਰਾਬਰ ਕਰਕੇ। ਅਤੇ ਹੁਣ ਕੀ ਲਿਖਾਂਗੇ ਆਪਾਂ, ਐਕਸ ਜਮ੍ਹਾਂ ਵਾਈ ਜਮ੍ਹਾਂ ਜ਼ੈੱਡ ਕਿਹਦੇ ਬਰਾਬਰ ਹੁੰਦਾ ਹੈ, 180 ਕਾਰਨ ਤ੍ਰਿਭੁਜ ਦੇ ਅੰਦਰੂਨੀ ਕੋਣ, ਇੰਟੀਰੀਅਰ ਐਂਗਲ ਆਫ ਟ੍ਰਾਇੰਗਲ, ਠੀਕ ਹੈ ਨਾ। ਹੁਣ ਦੇਖੋ ਐਕਸ ਕਿੰਨਾ ਹੈ ਸਾਨੂੰ ਨਹੀਂ ਪਤਾ, ਵਾਈ ਕਿੰਨਾ ਹੈ 45 ਡਿਗਰੀ, ਜ਼ੈੱਡ ਕਿੰਨਾ ਹੈ 70 ਡਿਗਰੀ ਬਰਾਬਰ 180, ਅਤੇ ਐਕਸ ਜਮ੍ਹਾਂ ਜੋੜੋ 70 ਅਤੇ 45 ਨੂੰ ਕਿੰਨਾ ਹੋ ਗਿਆ, 115 ਬਰਾਬਰ 180। ਤਾਂ ਐਕਸ ਕਿਹਦੇ ਬਰਾਬਰ ਆ ਗਿਆ, 180 ਮਾਈਨਸ 115 ਦੇ, ਤਾਂ ਐਕਸ ਆ ਗਿਆ ਬੇਟਾ 65 ਡਿਗਰੀ, ਸਾਡਾ ਇਸ ਸਵਾਲ ਦਾ ਆਨਸਰ ਹੋਏਗਾ। ਧਿਆਨ ਨਾਲ ਦੇਖੋ, ਬਹੁਤ ਹੀ ਸੌਖੇ ਤਰੀਕੇ ਨਾਲ ਅਸੀਂ ਸਵਾਲ ਕੀਤਾ ਹੈ। ਅਸੀਂ ਪਹਿਲਾਂ ਇਹਨਾਂ ਨੂੰ ਜੋੜ ਕੇ 180 ਦੇ ਬਰਾਬਰ ਕੀਤਾ, ਉੱਥੋਂ ਜ਼ੈੱਡ ਨਿਕਲ ਗਿਆ, ਇਹਨਾਂ ਨੂੰ ਜੋੜ ਕੇ 180 ਦੇ ਬਰਾਬਰ ਕੀਤਾ, ਉੱਥੋਂ ਵਾਈ ਨਿਕਲ ਗਿਆ, ਫਿਰ ਤਿੰਨਾਂ ਨੂੰ ਜੋੜ ਕੇ ਵੀ 180 ਦੇ ਬਰਾਬਰ ਕੀਤਾ, ਉੱਥੋਂ ਐਕਸ ਨਿਕਲ ਗਿਆ। ਬਹੁਤ ਹੀ ਸੌਖੇ ਢੰਗ ਨਾਲ ਅਸੀਂ ਸਵਾਲ ਨੂੰ ਕੰਪਲੀਟ ਕੀਤਾ ਹੈ, ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ।